ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਨੇ ਪਠਾਣਾ ਵਿਖੇ ਚੋਣ ਪ੍ਰਚਾਰ ਕੀਤਾ। ਇਸ ਮੌਕੇ ਡਾਕਟਰ ਅਮਰ ਸਿੰਘ ਅਤੇ ਸੀਨੀਅਰ ਕਾਂਗਰਸੀ ਆਗੂ ਵਰਿੰਦਰਪਾਲ ਸਿੰਘ ਵਿੱਕੀ ਨੇ ਬਸੀ ਪਠਾਣਾ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਪ੍ਰਤੀ ਲੋਕਾਂ ਵਿੱਚ ਬਹੁਤ ਉਤਸ਼ਾਹ ਹੈ ਅਤੇ ਲੋਕ 19 ਮਈ ਦੀ ਉਡੀਕ ਵਿੱਚ ਕਾਂਗਰਸ ਦੇ ਹੱਕ ਵਿੱਚ ਫਤਵਾ ਦੇਣ ਲਈ ਬੈਠੇ ਨੇ। ਉਹਨਾਂ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਨੇ ਪੰਜਾਬ ਨੂੰ ਲੁੱਟਣ ਤੋਂ ਸਿਵਾ ਕੁਝ ਨਹੀਂ ਕੀਤਾ, ਜਿਸ ਕਰਕੇ ਅਕਾਲੀ ਦਲ ਪ੍ਰਤੀ ਲੋਕਾਂ ਵਿੱਚ ਰੋਸ ਹੈ। ਉਹਨਾਂ ਕਿਹਾ ਕਿ ਕਾਂਗਰਸ ਦਾ ਕਿਸੇ ਪਾਰਟੀ ਨਾਲ ਕੋਈ ਵੀ ਮੁਕਾਬਲਾ ਨਹੀਂ ਹੈ। ਉਹਨਾਂ ਕਿਹਾ ਕਿ ਹਲਕਾ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਨੂੰ ਵਿਕਾਸ ਪੱਖੋਂ 1 ਨੰਬਰ ਤੇ ਲਿਆਉਣ ਲਈ ਉਪਰਾਲੇ ਕੀਤੇ ਜਾਣਗੇ। ਦੇਖੋ, ਬਸੀ ਪਠਾਣਾ ਕਸਬੇ ਚ ਇਕੱਠ ਹੋਇਆ ਸੀ ਅੱਜ ਮੇਰੇ ਵੋਟਾਂ ਲਈ, ਔਰ ਬਹੁਤ ਲੋਕ ਆਏ ਸੀ, ਕੌਂਸਲਰ ਬਹੁਤ ਸਾਰੇ ਆਏ ਨੇ, ਔਰ ਇੱਥੋਂ ਦੇ ਲੋਕਲ ਲੋਕ ਬਹੁਤ ਸਾਰੇ ਆਏ ਆ। ਮੈਨੂੰ ਉਹਨਾਂ ਦਾ ਉਤਸ਼ਾਹ ਦੇਖ ਕੇ ਬਹੁਤ ਆਪਣਾ ਮੇਰਾ ਵਿਸ਼ਵਾਸ ਵਧਿਆ ਹੈਗਾ ਕਿ ਬਸੀ ਪਠਾਣਾ ਕਸਬੇ 'ਚੋਂ ਵੀ ਮੇਰੀ ਲੀਡ ਬਹੁਤ ਜ਼ਿਆਦਾ ਹੋਊਗੀ। ਮੈਂ ਸਭ ਦਾ ਬਹੁਤ ਬਹੁਤ ਧੰਨਵਾਦੀ ਹਾਂ, ਔਰ ਇੱਥੋਂ ਬਸੀ ਪਠਾਣਾ ਹਲਕੇ 'ਚੋਂ ਬਹੁਤ ਵੱਡੀ ਵੋਟ ਨਾ ਮੈਂ ਜਿੱਤੂੰਗਾ। ਇਹ ਇਕੱਠ ਸਾਡਾ ਬਸੀ ਪਠਾਣਾ ਵਿਖੇ ਰੱਖਿਆ ਹੋਇਆ, ਬਹੁਤ ਹੀ ਭਾਰੀ ਤਦਾਦ ਦੇ ਵਿੱਚ ਲੋਕਾਂ ਦਾ ਜਿਹੜਾ ਸਾਥ ਹੈ, ਸਮਰਥਨ ਮਿਲ ਰਿਹਾ, ਕਿਉਂਕਿ ਡਾਕਟਰ ਅਮਰ ਸਿੰਘ ਬਹੁਤ ਹੀ ਸੂਝਵਾਨ ਇਨਸਾਨ ਨੇ। ਹਾਈ ਕਮਾਂਡ ਨੇ ਬਹੁਤ ਸੋਚ ਸਮਝ ਕੇ ਪੜ੍ਹੇ ਲਿਖੇ ਇਨਸਾਨ ਨੂੰ ਜਿਹੜਾ ਹੈਗਾ ਉਹ ਟਿਕਟ ਦੇ ਕੇ ਇੱਥੇ ਭੇਜਿਆ, ਕਿਉਂਕਿ ਲੋਕ ਮੋਦੀ ਤੋਂ ਦੁਖੀ ਇੰਨੇ ਜ਼ਿਆਦਾ ਨੇ। ਲੋਕਾਂ ਦੇ ਇਕੱਠ ਤੋਂ, ਲੋਕਾਂ ਦੇ ਉਤਸ਼ਾਹ ਤੋਂ ਇਹ ਪਤਾ ਲੱਗਦਾ ਵੀ ਲੋਕ ਜਿਹੜੇ ਨੇ ਮੋਦੀ ਸਰਕਾਰ ਤੋਂ ਅੱਕ ਚੁੱਕੇ ਨੇ। ਇਸ ਕਰਕੇ ਹਰ ਬੰਦੇ ਨੂੰ ਮੈਂ ਅਪੀਲ ਕਰਦਾ, ਹਰ ਵੋਟਰ ਨੂੰ ਅਪੀਲ ਕਰਦਾ ਆਪਣੇ ਵੱਲੋਂ, ਕਾਂਗਰਸ ਪਾਰਟੀ ਵੱਲੋਂ, ਵੀ ਤੁਸੀਂ ਇੱਕ ਇੱਕ ਵੋਟ ਜਿਹੜੀ ਹੈਗੀ ਆ ਉਹ ਹੱਥ ਪੰਜੇ ਤੇ ਲਾ ਕੇ ਡਾਕਟਰ ਅਮਰ ਸਿੰਘ ਨੂੰ ਕਾਮਯਾਬ ਬਣਾਓ, ਤਾਂ ਜੋ ਆਪਾਂ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਆ ਆਪਾਂ ਰਾਹੁਲ ਗਾਂਧੀ ਨੂੰ ਬਣਾ ਸਕੀਏ। ਫਤਿਹਗੜ੍ਹ ਸਾਹਿਬ ਤੋਂ ਪੰਜਾਬੀ ਸਰਕਾਰ ਬਹਾਦਰ ਸਿੰਘ ਢਵਾਣਾ ਦੀ ਰਿਪੋਰਟ।